ਇਹ ਵੀਡੀਓ ਉਹਨਾਂ ਖੱਚਾਂ ਦੇ ਲਈ ਹੈ ਜੋ ਗੁਰੂ ਘਰਾਂ ਦੇ ਵਿੱਚ ਅੱਧੇ ਨੰਗੇ ਹੋ ਕੇ ਜਾਂਦੇ ਨੇ ਤੇ ਜੋ ਉਹਨਾਂ ਨੂੰ ਕੋਈ ਰੋਕਦਾ ਫਿਰ ਬਾਅਦ ਦੇ ਵਿੱਚ ਉਹ ਸੋਸ਼ਲ ਮੀਡੀਆ ਤੇ ਆ ਕੇ ਗਾਹ ਪਾਉਂਦੇ ਨੇ। ਫਿਰ ਬਾਅਦ ਦੇ ਵਿੱਚ ਮਾਫੀ ਜ਼ਰੂਰ ਮੰਗ ਲੈਂਦੇ ਨੇ ਪਰ ਗਾਹ ਜ਼ਿਆਦਾ ਪਾਇਆ ਜਾਂਦਾ। ਇਹ ਗੋਰੇ ਨੇ ਉਹਨਾਂ ਨੂੰ ਬਹੁਤ ਕੁਝ ਸਿਖਾਇਆ ਇਸ ਵੀਡੀਓ ਦੇ ਵਿੱਚ। ਇਹ ਤਸਵੀਰ ਜਿਹੜੀ ਆ ਗੋਰੇ ਨੇ ਫੋਟੋ ਕਰਵਾਉਣੀ ਸੀ ਪਰ ਉਸਨੇ ਮਰਿਆਦਾ ਨੂੰ ਫੋਲੋ ਕਰਦੇ ਹੋਏ, ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਹੋਏ, ਗੁਰੂ ਘਰ ਦੀ ਮਰਿਆਦਾ ਨੂੰ ਦੇਖਦੇ ਹੋਏ ਉਸਨੇ ਆਪਣੀ ਲੱਤਾਂ ਨੂੰ ਕਵਰ ਕਰਕੇ ਫਿਰ ਗੁਰੂ ਘਰ ਦੇ ਸਾਹਮਣੇ ਖੜੇ ਹੋ ਕੇ ਫੋਟੋ ਕਰਵਾਈ। ਤਾਂ ਜੇ ਵਿਦੇਸ਼ਾਂ ਦੇ ਵਿੱਚੋਂ ਲੋਕ ਆ ਕੇ ਸਾਡੇ ਧਰਮ ਦਾ ਸਤਿਕਾਰ ਕਰ ਸਕਦੇ ਨੇ ਫਿਰ ਆਪਣੇ ਪੰਜਾਬੀ ਜਾਂ ਫਿਰ ਆਪਣੇ ਇੱਥੇ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਲੋਕ ਕਿਉਂ ਨਹੀਂ। ਇਹ ਵੀਡੀਓ ਉਹਨਾਂ ਖੱਚਾਂ ਦੇ ਲਈ ਹੈ ਜੋ ਗੁਰੂ ਘਰਾਂ ਦੇ ਵਿੱਚ ਅੱਧੇ ਨੰਗੇ ਹੋ ਕੇ ਜਾਂਦੇ ਨੇ ਤੇ ਜੋ ਉਹਨਾਂ ਨੂੰ ਕੋਈ ਰੋਕਦਾ ਫਿਰ ਬਾਅਦ ਦੇ ਵਿੱਚ ਉਹ ਸੋਸ਼ਲ ਮੀਡੀਆ ਤੇ ਆ ਕੇ ਗਾਹ ਪਾਉਂਦੇ ਨੇ। ਫਿਰ ਬਾਅਦ ਦੇ ਵਿੱਚ ਮਾਫੀ ਜ਼ਰੂਰ ਮੰਗ ਲੈਂਦੇ ਨੇ ਪਰ ਗਾਹ ਜ਼ਿਆਦਾ ਪਾਇਆ ਜਾਂਦਾ। ਇਹ ਗੋਰੇ ਨੇ ਉਹਨਾਂ ਨੂੰ ਬਹੁਤ ਕੁਝ ਸਿਖਾਇਆ ਇਸ ਵੀਡੀਓ ਦੇ ਵਿੱਚ। ਇਹ ਤਸਵੀਰ ਜਿਹੜੀ ਆ ਗੋਰੇ ਨੇ ਫੋਟੋ ਕਰਵਾਉਣੀ ਸੀ ਪਰ ਉਸਨੇ ਮਰਿਆਦਾ ਨੂੰ ਫੋਲੋ ਕਰਦੇ ਹੋਏ, ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਹੋਏ, ਗੁਰੂ ਘਰ ਦੀ ਮਰਿਆਦਾ ਨੂੰ ਦੇਖਦੇ ਹੋਏ ਉਸਨੇ ਆਪਣੀ ਲੱਤਾਂ ਨੂੰ ਕਵਰ ਕਰਕੇ ਫਿਰ ਗੁਰੂ ਘਰ ਦੇ ਸਾਹਮਣੇ ਖੜੇ ਹੋ ਕੇ ਫੋਟੋ ਕਰਵਾਈ। ਤਾਂ ਜੇ ਵਿਦੇਸ਼ਾਂ ਦੇ ਵਿੱਚੋਂ ਲੋਕ ਆ ਕੇ ਸਾਡੇ ਧਰਮ ਦਾ ਸਤਿਕਾਰ ਕਰ ਸਕਦੇ ਨੇ ਫਿਰ ਆਪਣੇ ਪੰਜਾਬੀ ਜਾਂ ਫਿਰ ਆਪਣੇ ਇੱਥੇ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਲੋਕ ਕਿਉਂ ਨਹੀਂ। ਇਹ ਵੀਡੀਓ ਉਹਨਾਂ ਖੱਚਾਂ ਦੇ ਲਈ ਹੈ ਜੋ ਗੁਰੂ ਘਰਾਂ ਦੇ ਵਿੱਚ ਅੱਧੇ ਨੰਗੇ ਹੋ ਕੇ ਜਾਂਦੇ ਨੇ ਤੇ ਜੋ ਉਹਨਾਂ ਨੂੰ ਕੋਈ ਰੋਕਦਾ ਫਿਰ ਬਾਅਦ ਦੇ ਵਿੱਚ ਉਹ ਸੋਸ਼ਲ ਮੀਡੀਆ ਤੇ ਆ ਕੇ ਗਾਹ ਪਾਉਂਦੇ ਨੇ। ਫਿਰ ਬਾਅਦ ਦੇ ਵਿੱਚ ਮਾਫੀ ਜ਼ਰੂਰ ਮੰਗ ਲੈਂਦੇ ਨੇ ਪਰ ਗਾਹ ਜ਼ਿਆਦਾ ਪਾਇਆ ਜਾਂਦਾ। ਇਹ ਗੋਰੇ ਨੇ ਉਹਨਾਂ ਨੂੰ ਬਹੁਤ ਕੁਝ ਸਿਖਾਇਆ ਇਸ ਵੀਡੀਓ ਦੇ ਵਿੱਚ। ਇਹ ਤਸਵੀਰ ਜਿਹੜੀ ਆ ਗੋਰੇ ਨੇ ਫੋਟੋ ਕਰਵਾਉਣੀ ਸੀ ਪਰ ਉਸਨੇ ਮਰਿਆਦਾ ਨੂੰ ਫੋਲੋ ਕਰਦੇ ਹੋਏ, ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਹੋਏ, ਗੁਰੂ ਘਰ ਦੀ ਮਰਿਆਦਾ ਨੂੰ ਦੇਖਦੇ ਹੋਏ ਉਸਨੇ ਆਪਣੀ ਲੱਤਾਂ ਨੂੰ ਕਵਰ ਕਰਕੇ ਫਿਰ ਗੁਰੂ ਘਰ ਦੇ ਸਾਹਮਣੇ ਖੜੇ ਹੋ ਕੇ ਫੋਟੋ ਕਰਵਾਈ। ਤਾਂ ਜੇ ਵਿਦੇਸ਼ਾਂ ਦੇ ਵਿੱਚੋਂ ਲੋਕ ਆ ਕੇ ਸਾਡੇ ਧਰਮ ਦਾ ਸਤਿਕਾਰ ਕਰ ਸਕਦੇ ਨੇ ਫਿਰ ਆਪਣੇ ਪੰਜਾਬੀ ਜਾਂ ਫਿਰ ਆਪਣੇ ਇੱਥੇ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਲੋਕ ਕਿਉਂ ਨਹੀਂ। ਇਹ ਵੀਡੀਓ ਉਹਨਾਂ ਖੱਚਾਂ ਦੇ ਲਈ ਹੈ ਜੋ ਗੁਰੂ ਘਰਾਂ ਦੇ ਵਿੱਚ ਅੱਧੇ ਨੰਗੇ ਹੋ ਕੇ ਜਾਂਦੇ ਨੇ ਤੇ ਜੋ ਉਹਨਾਂ ਨੂੰ ਕੋਈ ਰੋਕਦਾ ਫਿਰ ਬਾਅਦ ਦੇ ਵਿੱਚ ਉਹ ਸੋਸ਼ਲ ਮੀਡੀਆ ਤੇ ਆ ਕੇ ਗਾਹ ਪਾਉਂਦੇ ਨੇ। ਫਿਰ ਬਾਅਦ ਦੇ ਵਿੱਚ ਮਾਫੀ ਜ਼ਰੂਰ ਮੰਗ ਲੈਂਦੇ ਨੇ ਪਰ ਗਾਹ ਜ਼ਿਆਦਾ ਪਾਇਆ ਜਾਂਦਾ। ਇਹ ਗੋਰੇ ਨੇ ਉਹਨਾਂ ਨੂੰ ਬਹੁਤ ਕੁਝ ਸਿਖਾਇਆ ਇਸ ਵੀਡੀਓ ਦੇ ਵਿੱਚ। ਇਹ ਤਸਵੀਰ ਜਿਹੜੀ ਆ ਗੋਰੇ ਨੇ ਫੋਟੋ ਕਰਵਾਉਣੀ ਸੀ ਪਰ ਉਸਨੇ ਮਰਿਆਦਾ ਨੂੰ ਫੋਲੋ ਕਰਦੇ ਹੋਏ, ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਹੋਏ, ਗੁਰੂ ਘਰ ਦੀ ਮਰਿਆਦਾ ਨੂੰ ਦੇਖਦੇ ਹੋਏ ਉਸਨੇ ਆਪਣੀ ਲੱਤਾਂ ਨੂੰ ਕਵਰ ਕਰਕੇ ਫਿਰ ਗੁਰੂ ਘਰ ਦੇ ਸਾਹਮਣੇ ਖੜੇ ਹੋ ਕੇ ਫੋਟੋ ਕਰਵਾਈ। ਤਾਂ ਜੇ ਵਿਦੇਸ਼ਾਂ ਦੇ ਵਿੱਚੋਂ ਲੋਕ ਆ ਕੇ ਸਾਡੇ ਧਰਮ ਦਾ ਸਤਿਕਾਰ ਕਰ ਸਕਦੇ ਨੇ ਫਿਰ ਆਪਣੇ ਪੰਜਾਬੀ ਜਾਂ ਫਿਰ ਆਪਣੇ ਇੱਥੇ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਲੋਕ ਕਿਉਂ ਨਹੀਂ। ਇਹ ਵੀਡੀਓ ਉਹਨਾਂ ਖੱਚਾਂ ਦੇ ਲਈ ਹੈ ਜੋ ਗੁਰੂ ਘਰਾਂ ਦੇ ਵਿੱਚ ਅੱਧੇ ਨੰਗੇ ਹੋ ਕੇ ਜਾਂਦੇ ਨੇ ਤੇ ਜੋ ਉਹਨਾਂ ਨੂੰ ਕੋਈ ਰੋਕਦਾ ਫਿਰ ਬਾਅਦ ਦੇ ਵਿੱਚ ਉਹ ਸੋਸ਼ਲ ਮੀਡੀਆ ਤੇ ਆ ਕੇ ਗਾਹ ਪਾਉਂਦੇ ਨੇ। ਫਿਰ ਬਾਅਦ ਦੇ ਵਿੱਚ ਮਾਫੀ ਜ਼ਰੂਰ ਮੰਗ ਲੈਂਦੇ ਨੇ ਪਰ ਗਾਹ ਜ਼ਿਆਦਾ ਪਾਇਆ ਜਾਂਦਾ। ਇਹ ਗੋਰੇ ਨੇ ਉਹਨਾਂ ਨੂੰ ਬਹੁਤ ਕੁਝ ਸਿਖਾਇਆ ਇਸ ਵੀਡੀਓ ਦੇ ਵਿੱਚ। ਇਹ ਤਸਵੀਰ ਜਿਹੜੀ ਆ ਗੋਰੇ ਨੇ ਫੋਟੋ ਕਰਵਾਉਣੀ ਸੀ ਪਰ ਉਸਨੇ ਮਰਿਆਦਾ ਨੂੰ ਫੋਲੋ ਕਰਦੇ ਹੋਏ, ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਹੋਏ, ਗੁਰੂ ਘਰ ਦੀ ਮਰਿਆਦਾ ਨੂੰ ਦੇਖਦੇ ਹੋਏ ਉਸਨੇ ਆਪਣੀ ਲੱਤਾਂ ਨੂੰ ਕਵਰ ਕਰਕੇ ਫਿਰ ਗੁਰੂ ਘਰ ਦੇ ਸਾਹਮਣੇ ਖੜੇ ਹੋ ਕੇ ਫੋਟੋ ਕਰਵਾਈ। ਤਾਂ ਜੇ ਵਿਦੇਸ਼ਾਂ ਦੇ ਵਿੱਚੋਂ ਲੋਕ ਆ ਕੇ ਸਾਡੇ ਧਰਮ ਦਾ ਸਤਿਕਾਰ ਕਰ ਸਕਦੇ ਨੇ ਫਿਰ ਆਪਣੇ ਪੰਜਾਬੀ ਜਾਂ ਫਿਰ ਆਪਣੇ ਇੱਥੇ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਲੋਕ ਕਿਉਂ ਨਹੀਂ। ਇਹ ਵੀਡੀਓ ਉਹਨਾਂ ਖੱਚਾਂ ਦੇ ਲਈ ਹੈ ਜੋ ਗੁਰੂ ਘਰਾਂ ਦੇ ਵਿੱਚ ਅੱਧੇ ਨੰਗੇ ਹੋ ਕੇ ਜਾਂਦੇ ਨੇ ਤੇ ਜੋ ਉਹਨਾਂ ਨੂੰ ਕੋਈ ਰੋਕਦਾ ਫਿਰ ਬਾਅਦ ਦੇ ਵਿੱਚ ਉਹ ਸੋਸ਼ਲ ਮੀਡੀਆ ਤੇ ਆ ਕੇ ਗਾਹ ਪਾਉਂਦੇ ਨੇ। ਫਿਰ ਬਾਅਦ ਦੇ ਵਿੱਚ ਮਾਫੀ ਜ਼ਰੂਰ ਮੰਗ ਲੈਂਦੇ ਨੇ ਪਰ ਗਾਹ ਜ਼ਿਆਦਾ ਪਾਇਆ ਜਾਂਦਾ। ਇਹ ਗੋਰੇ ਨੇ ਉਹਨਾਂ ਨੂੰ ਬਹੁਤ ਕੁਝ ਸਿਖਾਇਆ ਇਸ ਵੀਡੀਓ ਦੇ ਵਿੱਚ। ਇਹ ਤਸਵੀਰ ਜਿਹੜੀ ਆ ਗੋਰੇ ਨੇ ਫੋਟੋ ਕਰਵਾਉਣੀ ਸੀ ਪਰ ਉਸਨੇ ਮਰਿਆਦਾ ਨੂੰ ਫੋਲੋ ਕਰਦੇ ਹੋਏ, ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਹੋਏ, ਗੁਰੂ ਘਰ ਦੀ ਮਰਿਆਦਾ ਨੂੰ ਦੇਖਦੇ ਹੋਏ ਉਸਨੇ ਆਪਣੀ ਲੱਤਾਂ ਨੂੰ ਕਵਰ ਕਰਕੇ ਫਿਰ ਗੁਰੂ ਘਰ ਦੇ ਸਾਹਮਣੇ
ਖੜੇ ਹੋ ਕੇ ਫੋਟੋ ਕਰਵਾਈ। ਤਾਂ ਜੇ ਵਿਦੇਸ਼ਾਂ ਦੇ ਵਿੱਚੋਂ ਲੋਕ ਆ ਕੇ ਸਾਡੇ ਧਰਮ ਦਾ ਸਤਿਕਾਰ ਕਰ ਸਕਦੇ ਨੇ, ਫਿਰ ਆਪਣੇ ਪੰਜਾਬੀ ਜਾਂ ਫਿਰ ਆਪਣੇ ਇੱਥੇ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਲੋਕ ਕਿਉਂ ਨਹੀਂ।